ਅਸਲਾਮ ਅਲੈਕੁਮ, ਕੀ ਹਾਲ ਹੈ ਤੁਹਾਡਾ? ਠੀਕ ਹੋ? ਅੱਜ ਤਾਂ ਜੀ ਤੁਹਾਡਾ ਮਕਈ ਉਹਦਾ ਬਣਾਉਣਾ ਜੀ ਸੈਲਡ। ਬਸ ਮਸ਼ੀਨ ਕੰਮ ਕਰਦੀ ਪਈ ਹੈ, ਥੋੜ੍ਹਾ ਕੁ ਰਹਿ ਗਿਆ, ਇਹ ਦੋ ਤਿੰਨ ਮਰਲੇ ਰਹਿ ਗਏ ਨੇ। ਉਸ ਤੋਂ ਬਾਅਦ ਜਾਣਾ ਜੀ ਮੈਂ ਮਾਮੂ ਪਾਸ, ਮਾਮੂ ਤੋਂ ਬਾਅਦ ਹੋਣੀ ਜੀ ਆਪਣੀ, ਮੈਂ ਸ਼ਾਮ ਹੋ ਜਾਏਗੀ ਅਤੇ ਆਪਾਂ ਉਹ ਮਾਮੂ ਦੇ ਪਾਸੇ ਵਲੋਗ ਬਣਾ ਲਾਂਗੇ ਜਿਹਨਾਂ ਕੋਲ ਬਣੇਗਾ, ਇਹ ਟਾਈਮ ਨਹੀਂ ਤਾਂ ਆਪਣਾ ਬਣਾ ਲਾਂਗੇ। ਠੀਕ ਹੈ, ਬਸ ਉਹ ਮਸ਼ੀਨ ਦੇ ਇੰਤਜ਼ਾਰ, ਉੱਥੇ ਥੋੜ੍ਹਾ ਫਰੀ ਹੋ ਲਵੇ, ਫਿਰ ਚੱਲੀ ਆਪਣੇ ਘਰ ਉੱਥੇ, ਫਿਰ ਅੱਗੇ ਥੋੜ੍ਹਾ ਮਾਮੂ ਦੇ ਨਾਲ ਹੀ ਜ਼ਮੀਨ ਹੈਗੀ, ਉੱਥੇ ਜਾ ਕੇ ਸੈਲ ਬਣਾ ਲਾਂਗੇ ਅਤੇ ਇਨ ਸ਼ਾ ਅੱਲਾਹ ਤੁਹਾਨੂੰ ਪੂਰਾ ਅੱਜ ਅੱਛਾ ਵਲੋਗ ਮਿਲੇਗਾ। ਅਤੇ ਚੱਲਦੇ ਹਾਂ ਜੀ, ਬਸ ਥੋੜ੍ਹਾ ਟਾਈਮ ਰਹਿ ਗਿਆ, 5-10 ਮਿੰਟ ਲੱਗਦੇ ਨੇ, ਉਹ ਫਿਰ ਚੱਲਦੇ ਹਾਂ ਜੀ ਆਪਾਂ ਮਸ਼ੀਨ ਲੈ ਕੇ। ਜਿਹੜੀ ਮਸ਼ੀਨ ਹੈਗੀ ਉਹ ਆ ਗਈ ਹੈ ਜੀ, ਆਪਾਂ ਮੈਂ ਮਸ਼ੀਨ ਦੇ ਵਿੱਚ ਬੈਠਣ ਦੀ ਵਲੋਗ ਬਣਾਉਣ ਵਾਸਤੇ, ਅਤੇ ਬਸ ਹੁਣ ਥੋੜ੍ਹੀ ਜਿਹੀ ਤੱਕ ਹੁਣ ਸ਼ੁਰੂ ਕਰਦੇ ਹਾਂ, ਤੁਹਾਨੂੰ ਵਿਖਾਉਂਦੇ ਹਾਂ ਕਿ ਕਿਵੇਂ ਸ਼ਾਲਾ ਹੀ ਬੰਦ ਹੈਗਾ।
ਪੀ ਲਿਆ ਜੀ ਫਿਲਹਾਲ ਚਾਹ, ਅਤੇ ਇਸੀ ਚੱਲ ਪਏ ਸੀ ਸਾਰੀ ਉਹ ਨਾ ਸ਼ੀਸ਼ੇ ਦੇ ਉੱਤੇ ਧੁੰਦ ਜੀ ਹੋ ਗਈ ਸੀ ਅਤੇ ਕੁਛ ਨਜ਼ਰ ਨਹੀਂ ਆ ਰਹੀ ਸੀ, ਹੁਣ ਪਾਣੀ ਪੂਣੀ ਮਾਰਿਆ ਗਿਆ ਅਤੇ ਫਿਰ ਦੁਬਾਰਾ ਹੁਣ ਕੰਮ ਸ਼ੁਰੂ ਕਰ ਰਹੇ ਹਾਂ ਜੀ।